ਫਾਜ਼ਿਲਕਾ 'ਚ BSF ਦੀ 181 ਬਟਾਲੀਅਨ ਨੇ ਸਾਦਕੀ ਚੌਂਕੀ ਦੇ ਨਜ਼ਦੀਕ ਤੋਂ ਇੱਕ ਪਾਕਿਸਤਾਨ ਘੁਸਪੈਠੀਏ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਸਬ ਇੰਸਪੈਕਟਰ ਕਿਸ਼ੋਰ ਚੰਦ ਨੇ ਦੱਸਿਆ ਹੈ ਕਿ BSF ਦੀ 100 ਬਟਾਲੀਅਨ ਨੇ ਕਮਾਂਡਰ ਗੁਰਪ੍ਰੀਤ ਸਿੰਘ ਵੱਲੋਂ ਘੁਸਪੈਠੀਏ ਨੂੰ ਭਾਰਤੀ ਸਰਹੱਦ ਦੇ ਅੰਦਰ ਦਾਖਲ ਹੁੰਦਿਆਂ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਘੁਸਪੈਠੀਏ ਕੋਲੋਂ ਪਾਕਿਸਤਾਨੀ ਕਰੰਸੀ ਦੇ 1040 ਰੁਪਏ, ਇੱਕ ਬੱਸ ਦੀ ਟਿਕਟ, ਸ਼ਨਾਖਤੀ ਕਾਰਡ ਦੇ ਤਾਲੇ ਦੀਆਂ ਕੁੰਜੀਆਂ ਬਰਾਮਦ ਹੋਈਆਂ ਹਨ। ਪੁਲਿਸ ਦੇ ਮੁਤਾਬਕ ਇਹ ਫੜਿਆ ਗਿਆ ਘੁਸਪੈਠੀਆ ਕਾਫੀ ਸ਼ਾਤਰ ਲੱਗ ਰਿਹਾ ਹੈ। ਮੁਲਜ਼ਮ ਦਾ ਨਾਂ ਸਾਜਿਦ ਅਲੀ ਹੈ, ਜੋ ਕਿ ਕੱਚੀ ਆਬਾਦੀ ਵਾਇਆ ਨਾਜ਼ਾਦ ਰੇਲਵੇ ਫਾਟਕ ਗਲੀ ਨੰਬਰ 10 ਮੁਮਤਜ਼ਾਬਾਦ ਪਾਕਿਸਤਾਨ ਦਾ ਰਹਿਣ ਵਾਲਾ ਹੈ। ਪੁਲਿਸ ਨੇ ਇਸਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ ਹੈ। ਇਹ ਆਪਣੇ ਜੀ ਭਾਰਤ ਪਾਕ ਸੀਮਾ 'ਤੇ ਸਾਦਕੀ ਚੌਂਕੀ ਹੈ ਜੀ BSF ਦੀ, ਅਤੇ ਉੱਥੋਂ ਇਹ ਪਾਕਿਸਤਾਨ ਦੀ ਤਰਫੋਂ 0 ਲਾਈਨ ਕ੍ਰੋਸ ਕਰਕੇ ਅਤੇ ਭਾਰਤੀ ਸਰਹੱਦ ਅੰਦਰ ਦਾਖਲ ਹੋ ਗਿਆ ਸੀ, ਅਤੇ BSF ਦੇ ਕਮਾਂਡਰ ਦਸਤਾਰ ਗੁਰਪ੍ਰੀਤ ਸਿੰਘ ਜੀ 181 ਬਟਾਲੀਅਨ ਦੇ, ਉਹਨਾਂ ਸਮੇਤ ਆਪਦੀ ਪੁਲਿਸ ਆਪਣੀ ਪਾਰਟੀ ਦੇ ਕਾਬੂ ਕਰਕੇ ਪੁੱਛਦੱਛ ਕਰਕੇ ਅਤੇ ਜਿਹੜਾ ਰਿਟਨ ਐਪਲੀਕੇਸ਼ਨ ਇੱਥੇ ਥਾਣੇ ਸਦਰ ਦੇ ਗਏ ਸੀ 14 ਤਰੀਕ ਨੂੰ, ਅਤੇ ਉਹਦੇ ਬੇਸ 'ਤੇ ਇਹਦੇ ਖਿਲਾਫ਼ ਜਿਹੜਾ ਮੁਕਦਮਾ ਨੰਬਰ 172 ਦਰਜ ਕਰਕੇ ਅਤੇ ਤਫਤੀਸ਼ ਕਰ ਰਹੇ ਹਾਂ। ਕਿੰਨੀ ਉਮਰ ਹੈ, ਕਿੱਥੋਂ ਦਾ ਰਹਿਣ ਵਾਲਾ ਜੀ? ਇਹ 24 ਸਾਲ ਦੀ ਉਮਰ ਹੈ ਜੀ, ਸਾਜਿਦ ਅਲੀ ਦਾ ਨਾਂ ਹੈ, ਅਤੇ ਮੁਮਤਾਜ਼ਬਾਦ ਗਲੀ ਨੰਬਰ 10 ਜ਼ਿਲ੍ਹਾ ਮੁਲਤਾਨ ਪਾਕਿਸਤਾਨ ਦਾ ਰਹਿਣ ਵਾਲਾ। ਵੈਸੇ ਤਾਂ ਕਹਿੰਦਾ ਮਤਲਬ ਝੰਡੇ ਦੀ ਰਸਮ ਵੇਖਣ ਆਇਆ ਸੀਗਾ ਅਤੇ ਗਲਤੀ ਨਾਲ ਕ੍ਰੋਸ ਕਰ ਗਿਆ, ਪਤਾ ਨਹੀਂ ਲੱਗਿਆ ਹੱਦ ਦਾ। ਅਤੇ ਬਾਕੀਆਂ ਦਾ ਅੱਜ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ, ਅਤੇ ਇਹਦੇ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ, ਜੇ ਕੋਈ ਹੋਰ ਤੱਥ ਸਾਹਮਣੇ ਆਏ ਤਾਂ ਉਹਦੇ ਆਧਾਰ 'ਤੇ ਕਾਰਵਾਈ ਕੀਤੀ ਜਾਊਗੀ। ਕੁਛ ਬਰਾਮਦ ਵੀ ਆਏ? ਬਰਾਮਦ ਇਹਦੇ ਕੋਲ ਕੋਈ ਇਲੀਗਲੀ ਵਸਤੂ ਤਾਂ ਨਹੀਂ ਕੋਈ ਬਰਾਮਦ ਹੋਈ, ਇਹਦੇ ਪਾਕਿਸਤਾਨੀ ਕਰੰਸੀ ਦਾ 1040 ਰੁਪਏ ਆ, ਇੱਕ ਇਹਦੇ ਆਧਾਰ ਕਾਰਡ ਹੈ, ਆਈ ਕਾਰਡ, ਅਤੇ ਬੱਸ ਦੀ ਟਿਕਟ ਹੈ 140 ਰੁਪਏ ਦੀ, ਅਤੇ 4 ਚਾਬੀਆਂ ਆਮ ਜਿਹੜੇ ਘਰਾਂ 'ਚ ਜਾਂਦੇ ਰਹੇ ਹੁੰਦੇ, ਇਹੋ ਕੁਛ ਵੀ ਬਰਾਮਦ ਹੋਇਆ। ਤੁਹਾਡੀ ਮੁੱਢਲੀ ਪੁੱਛਗਿੱਛ ਦੌਰਾਨ ਹਾਲ ਦੀ ਘੜੀ ਦੇ ਕੋਈ ਇਹੋ ਜਿਹੀ ਕੋਈ ਗੱਲ ਕੁਤਰਾਜਯੋਗ ਨਹੀਂ ਸਾਹਮਣੇ ਆਈ, ਅਤੇ ਬਾਕੀ ਹੈ ਥੋੜ੍ਹਾ ਜਿਹਾ ਚੁਸਤ ਚਲਾਕ ਲੱਗਦਾ, ਇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਇਹਦਾ, ਅਤੇ ਕੋਸ਼ਿਸ਼ ਕਰਦੇ ਹਾਂ ਪੁੱਛਦੱਛ ਸਖਤੀ ਨਾਲ ਕਰਕੇ, ਜੇ ਕੋਈ ਹੋਰ ਵੀ ਗੱਲ ਕੋਈ ਸਾਹਮਣੇ ਆਈ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।